ਫਤਿਹਗੜ੍ਹ ਸਾਹਿਬ ਰੇਲਵੇ ਸਟੇਸ਼ਨ ਨਾਲ ਸੰਬੰਧਿਤ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਲੈ ਕੇ ਦੌਰਾ ਕਰਨ ਪਹੁੰਚੇ ਰੇਲਵੇ ਵਿਭਾਗ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਦਿਨੇਸ਼ ਚੰਦਰ ਸ਼ਰਮਾ ਨੇ ਸ਼ਹੀਦੀ ਸਭਾ ਨੂੰ ਲੈ ਕੇ ਲੋੜੀਂਦੀਆਂ ਤਬਦੀਲੀਆਂ ਜਲਦ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਡਿਵੀਜ਼ਨਲ ਇੰਜੀਨੀਅਰ ਫਕਰੂਦੀਨ ਅਲੀ ਅਹਿਮਦ ਵੀ ਮੌਜੂਦ ਸਨ। ਵਿਧਾਇਕ ਨਾਗਰਾ ਨੂੰ ਭਰੋਸਾ ਦਵਾਇਆ ਕਿ ਲੋਕਾਂ ਨਾਲ ਸੰਬੰਧਿਤ ਇਹਨਾਂ ਮਾਮਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਵਿਧਾਇਕ ਨਾਗਰਾ, ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰੀਆ, ਮੈਨੇਜਰ ਨੱਥਾ ਸਿੰਘ ਤੇ ਹੋਰਨਾਂ ਵੱਲੋਂ DRM ਦਿਨੇਸ਼ ਸ਼ਰਮਾ ਦਾ ਸਨਮਾਨ ਚਿੰਨ੍ਹ ਤੇ ਸਰੋਪਾ ਉਹ ਪਾ ਕੇ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ DRM ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨਜ਼ਦੀਕ ਰੇਲਵੇ ਅੰਡਰਬ੍ਰਿਜ ਬਣਾਉਣ ਲਈ ਨਿਰੀਖਣ ਕੀਤਾ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੇਲਵੇ ਵਿਭਾਗ ਜਨਤਾ ਨੂੰ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਤਤਪਰ ਹੈ ਤੇ ਫਤਿਹਗੜ੍ਹ ਸਾਹਿਬ ਦੀ ਦਿੱਖ ਇਨ ਬਿਨ ਬਹਾਲ ਰੱਖਣ ਲਈ ਰੇਲਵੇ ਓਵਰਬ੍ਰਿਜ ਦੀ ਥਾਂ ਅੰਡਰਬ੍ਰਿਜ ਬਣਾਉਣ ਦੀ ਤਜਵੀਜ਼ ਤਿਆਰ ਕਰ ਲਈ ਗਈ ਹੈ। ਇਸ ਮੌਕੇ DRM ਵੱਲੋਂ ਵਿਧਾਇਕ ਨਾਗਰਾ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜਗਦੀਪ ਚੀਮਾ ਨਾਲ ਰਾਏ ਵੀ ਸਾਂਝੀ ਕੀਤੀ। ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਇਲਾਕੇ ਦੀਆਂ ਮੁੱਖ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਸਰਹੰਦ ਤੇ ਫਤਿਹਗੜ੍ਹ ਸਾਹਿਬ ਸਟੇਸ਼ਨ ਉੱਤੇ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਦੱਸਿਆ। ਪਹਿਲੀ ਮੰਗ ਦਾ ਜ਼ਿਕਰ ਕਰਦਿਆਂ ਵਿਧਾਇਕ ਨਾਗਰਾ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਰੇਲਵੇ ਸਟੇਸ਼ਨ ਦਾ ਨਾਮ ਮਾਤਾ ਗੁਜਰ ਕੌਰ ਦੇ ਨਾਂ ਤੇ ਰੱਖਿਆ ਜਾਵੇ। ਉਹਨਾਂ ਫਤਿਹਗੜ੍ਹ ਸਾਹਿਬ ਤੋਂ ਜੋ ਰੋਜ਼ਾ ਸ਼ਰੀਫ ਵਾਲੀ ਸੜਕ ਉੱਤੇ ਨੰਗਲ ਡੈਮ ਨੂੰ ਚਾ ਰਹੀ ਰੇਲਵੇ ਲਾਈਨ ਦੇ ਫਾਟਕਾਂ ਨੂੰ ਵੀ ਅੰਡਰਵੇ ਬਣਾਉਣ ਦੀ ਮੰਗ ਕੀਤੀ ਤਾਂ ਜੋ ਆਉਣ ਜਾਣ ਵਾਲੇ ਵਾਹਨਾਂ ਨਾਲ ਫਾਟਕ ਦੇ ਬੰਦ ਹੋਣ ਸਮੇਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਅੱਗੇ ਵਾਹਨਾਂ ਦੀਆਂ ਲੱਗਦੀਆਂ ਲੰਮੀਆਂ ਲਾਈਨਾਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ। ਵਿਧਾਇਕ ਨਾਗਰਾ ਨੇ ਦੱਸਿਆ ਕਿ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਦਸੰਬਰ ਮਹੀਨੇ 'ਚ ਹੁੰਦੀ ਸ਼ਹੀਦੀ ਸਭਾ 'ਚ ਸ਼ਾਮਲ ਹੋਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਘੱਟੋ ਘੱਟ 5 ਦਿਨਾਂ ਲਈ ਅੰਬਾਲਾ, ਅੰਮ੍ਰਿਤਸਰ, ਬਠਿੰਡਾ ਤੇ ਅਨੰਦਪੁਰ ਸਾਹਿਬ ਵਾਲੇ ਪਾਸਿਓਂ ਸਪੈਸ਼ਲ ਰੇਲ ਗੱਡੀ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਉਹਨਾਂ ਰੇਲਵੇ ਜੰਕਸ਼ਨ ਸਰਹੰਦ ਵਿਖੇ ਸਵਰਾਜ ਐਕਸਪ੍ਰੈਸ, ਸ਼ਾਨੇ ਪੰਜਾਬ ਤੇ ਬੇਗਮਪੁਰਾ ਰੇਲ ਗੱਡੀਆਂ ਦਾ ਫਹਿਰਾ ਸ਼ੁਰੂ ਕਰਵਾਉਣ ਦੀ ਵੀ ਮੰਗ ਕੀਤੀ। ਜੋ ਡਿਮਾਂਡ ਬਤਾਈ ਹੈ MLA ਸਾਹਿਬ ਨੇ, ਤੋ ਹਮ ਲੋਗ ਉਸਕੋ ਸੀਰੀਅਸਲੀ ਦੇਖੇਂਗੇ। ਗਾੜੀਆਂ ਕਾ ਸਟੋਪੇਜ ਹੈ, ਵੋ ਹਮ ਆਗੇ ਭੇਜੇਂਗੇ ਉਸਕੋ ਰਿਕਮੈਂਡ ਕਰਕੇ। ਔਰ ਯਹਾਂ ਪੇ ਜੋ ਬੜਾ ਮੁੱਦਾ ਹੈ, RUV ਬਨਨਾ ਹੈ, LHS ਬਨਨਾ ਹੈ, ਉਸਕਾ ਹਮ ਲੋਗ ਪਲਾਨ ਕਰ ਚੁਕੇ ਹੈ। ਅਬ ਸਟੇਟ ਗਵਰਨਮੈਂਟ ਔਰ ਗੁਰਦੁਆਰਾ ਕੇ ਜੋ ਵੀ ਜਿਨਕਾ ਲੈਂਡ ਇਨਵੋਲਵਡ ਹੈ, ਉਨ ਸਭ ਸੇ ਬਾਤ ਕਰਕੇ ਹਮ ਲੋਗ ਕੋਸ਼ਿਸ਼ ਕਰੇਂਗੇ ਕਿ ਕਨਵੀਨੀਅੰਟ ਔਰ ਅੱਛਾ ਪਲਾਨ ਬਨੇ ਜੀ, ਜੋ ਵੀ ਸੰਭਵ ਹੋਗਾ ਜੀ, ਤੋ ਹਮ ਲੋਗ ਜਲਦੀ ਕੋਸ਼ਿਸ਼ ਕਰੇਂਗੇ ਕਿ ਬਨੇ। ਨਹੀਂ, ਇਸਮੇ ਤੋ ਦੇਖੀਏ, ਰੇਲਵੇ ਔਰ ਸਟੇਟ ਗਵਰਨਮੈਂਟ ਦੋਨੋਂ ਕੋ ਇੱਕ ਸਾਥ ਚੱਲਣਾ ਪਵੇ, ਜਬ ਇੱਕ ਸਾਥ ਹੋਗਾ ਤਭੀ ਕਾਮ ਹੋਗਾ। ਇਸਮੇ ਪੰਜਾਬ ਸਰਕਾਰ ਪੂਰਾ ਸਹਿਯੋਗ ਹਮ ਕਰੇਗੀ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ DRM ਸਾਹਿਬ ਦਾ, ਮਿਨਿਸਟਰੀ ਆਫ ਰੇਲਵੇ ਦਾ, ਜਿਨ੍ਹਾਂ ਨੇ ਅੱਜ ਆ ਕੇ ਇੱਥੇ ਸਾਡੀਆਂ ਜਿਹੜੀਆਂ ਬਹੁਤ ਪੈਂਡਿੰਗ ਡਿਮਾਂਡ ਸੀਗੀਆਂ ਉਹਨਾਂ ਦੇ ਬਾਰੇ ਇਹਦੇ ਵਿੱਚ ਆ ਕੇ ਸਾਨੂੰ ਦਿੱਤੇ ਹਨ। ਜਿੱਥੇ ਉਹਨਾਂ ਨੇ ਗੁਰਦੁਆਰਾ ਸਾਹਿਬ ਸਜਦਾ ਕੀਤਾ ਆ, ਉਹਦੇ ਨਾਲ ਨਾਲ ਅਸੀਂ ਆਪਣਾ ਇੱਕ ਮੰਗ ਪੱਤਰ ਦਿੱਤਾ ਆ ਬਤੌਰ ਇਲਾਕੇ ਦੇ ਇੱਕ ਸੇਵਾਦਾਰ ਦੇ ਰੂਪ ਦੇ ਵਿੱਚ, ਔਰ ਸਾਡੇ ਇਲਾਕੇ ਦੀਆਂ ਜਿਹੜੀਆਂ ਮਾਣਯੋਗ ਸ਼ਖਸੀਅਤਾਂ ਨੇ ਸਾਰੀਆਂ, ਕਿਉਂਕਿ ਇਹ ਮੁੱਦਾ ਜਿਹੜਾ ਹੈਗਾ ਆ ਸਾਡੇ ਜਿੱਥੇ ਸਾਡੀਆਂ ਸਮਾਜਿਕ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਆ, ਔਰ ਇਹਦੇ ਵਿੱਚ ਇੱਕ ਤਾਂ ਅੰਡਰਬ੍ਰਿਜ ਜਿਹੜਾ ਹੈਗਾ ਆ ਉਹਦੇ ਬਾਰੇ ਦੇ ਵਿੱਚ ਸੀਗਾ ਕਿ ਅੰਡਰਬ੍ਰਿਜ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ ਔਰ ਉਹਨੂੰ ਇੱਥੇ ਬਣਾਇਆ ਜਾਵੇ, ਜਿਹਦੇ ਵਾਸਤੇ ਇੱਕ ਪੋਜ਼ਿਟਿਵ ਰਿਸਪੌਂਸ ਜਿਹੜਾ ਹੈਗਾ ਆ DRM ਸਾਹਿਬ ਨੇ ਸਾਨੂੰ ਦਿੱਤਾ ਆ। ਉਹਦੇ ਨਾਲ ਨਾਲ ਸਾਡਾ ਜਿੱਥੇ ਅਸੀਂ ਫਤਿਹਗੜ੍ਹ ਸਾਹਿਬ ਸਟੇਸ਼ਨ ਦਾ ਨਾਮ ਜਿਹੜਾ ਹੈਗਾ ਆ ਮਾਤਾ ਗੁਜਰ ਕੌਰ ਜੀ ਦੇ ਨਾਂ ਦੇ ਉੱਤੇ ਰੱਖਿਆ ਜਾਵੇ, ਉਹ ਇਹਨਾਂ ਨੂੰ ਅਸੀਂ ਕਿਹਾ ਆ ਕਿ ਉਹ ਰੱਖਿਆ ਜਾਵੇ, ਕਿਉਂਕਿ ਐਡੀ ਵੱਡੀ ਮਹਾਨ ਸ਼ਹਾਦਤ ਜਿਹੜੀ ਹੈਗੀ ਆ ਉਹ ਇੱਥੇ ਹੋਈ ਹੈ। ਦੂਸਰਾ, ਸਾਡਾ ਜਿਹੜੀ ਮੰਗ ਸੀਗੀ, ਕੁਛ 3 ਟ੍ਰੇਨਾਂ ਨੇ ਜਿਹੜੀਆਂ ਇੱਥੇ ਰੋਕੀਆਂ ਜਾਣ, ਸ਼ਾਨੇ ਪੰਜਾਬ, ਬੇਗਮਪੁਰਾ ਅਤੇ ਸਵਰਾਜ, ਅਤੇ ਇਹਦੇ ਨਾਲ ਨਾਲ ਜਿਹੜਾ ਸਾਡੇ ਸਰਹੰਦ ਸਟੇਸ਼ਨ ਦੇ ਉੱਤੇ ਹੈਂਡੀਕੈਪਸ ਅਤੇ ਬਜ਼ੁਰਗਾਂ ਦੇ ਲਈ ਚੜ੍ਹਨ ਦੀ ਪੌੜੀਆਂ ਬਹੁਤ ਦਿੱਕਤ ਹੈ, ਉੱਥੇ ਐਕਸੀਲੇਟਰ ਜਾਂ ਜਿਹੜੀ ਲਿਫਟ ਲਾ ਕੇ ਤਾਂ ਕਿ ਉਹ ਅੱਗੇ ਜਾ ਸਕਣ ਦੂਸਰੇ ਪਲੇਟਫਾਰਮ ਦੇ ਉੱਤੇ। ਇਹਦੇ ਨਾਲ ਨਾਲ ਹੀ ਜਿਹੜਾ ਪਲੇਟਫਾਰਮ ਨੰਬਰ 2 ਅਤੇ 3 ਹੈ ਉਹਨੂੰ ਉਹਦੀ ਉਹਨੂੰ ਵਧੀਆ ਤਰੀਕੇ ਨਾਲ ਬਣਾ ਕੇ ਉੱਥੇ ਗੱਡੀਆਂ ਦੇ ਪ੍ਰੋਪਰ ਡੱਬੇ ਕਿੱਥੇ ਖੜ੍ਹੇ ਹੋਣੇ ਨੇ ਉਹਨਾਂ ਦਾ ਜਿਹੜਾ ਇੱਕ ਨਿਸ਼ਾਨ ਲੱਗੇ, ਔਰ ਉਹਦੇ ਨਾਲ ਜਿਹੜਾ ਹੈਗਾ ਆ ਤਾਂ ਕਿ ਲੋਕਾਂ ਨੂੰ ਸਹੂਲਤ ਹੋ ਸਕੇ। ਟੋਇਲਟਸ ਦੀ ਗੱਲ ਕੀਤੀ ਹੈ, ਜਿਹੜਾ ਟਿਕਟ ਕਾਊਂਟਰ ਮੰਡੀ ਵਾਲੇ ਪਾਸੇ ਬਣਿਆ ਨਵਾਂ ਉਹਦਾ ਟਾਈਮ ਵਧਾਇਆ ਜਾਵੇ। ਸੋ ਇਹ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਅੱਜ ਦਿੱਤੀਆਂ ਨੇ ਔਰ ਉਹਦੇ 'ਤੇ ਬੜਾ ਪੋਜ਼ਿਟਿਵ ਰਿਸਪੌਂਸ ਹੈ ਔਰ ਸਾਰੇ ਇਲਾਕਾ ਜਿਹੜਾ ਹੈਗਾ ਆ ਕਿਉਂਕਿ ਇਹ ਇੱਕ ਬਹੁਤ ਵੱਡਾ ਧਾਰਮਿਕ ਅਤੇ ਇਤਿਹਾਸਿਕ ਸਥਾਨ ਹੈ ਫਤਿਹਗੜ੍ਹ ਸਾਹਿਬ, ਇਹਦੇ ਵਾਸਤੇ ਮੇਰੇ ਖਿਆਲ ਦੇ ਵਿੱਚ ਕੋਈ ਵੀ ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਵਿਅਕਤੀ ਨਹੀਂ ਜਿਹੜਾ ਇਹਦੇ ਵਾਸਤੇ ਕੁਛ ਨਾ ਕਰਨਾ ਚਾਹੁੰਦਾ ਹੋਊਗਾ। ਸਾਨੂੰ ਪੂਰੀ ਉਮੀਦ ਹੈ। ਸ਼੍ਰੀ ਦਿਨੇਸ਼ ਚੰਦ ਸ਼ਰਮਾ ਜੀ, ਜੋ DGRM ਨੇ ਅੰਬਾਲਾ, ਉਹ ਅੱਜ ਉਹਨਾਂ ਨੇ ਵਿਜ਼ਿਟ ਕੀਤਾ ਇੱਥੇ ਅੱਜ, ਔਰ ਬੜੀ ਖੁਸ਼ੀ ਹੈ ਵੀ ਉਹਨਾਂ ਨੇ ਜੋ ਵੀ ਪ੍ਰਪੋਜ਼ਲਸ ਉਹਨਾਂ ਦੇ ਅੱਗੇ ਰੱਖੀਆਂ ਉਹ ਸਾਰੀਆਂ ਉਹਨਾਂ ਨੇ ਮਨਜ਼ੂਰ ਕੀਤੀਆਂ। ਸਾਨੂੰ ਆਸ ਹੈ ਵੀ ਇਹ ਸਾਰਾ ਕੰਮ, ਚਾਹੇ ਅੰਡਰਗਰਾਊਂਡ ਦਾ, ਚਾਹੇ ਓਵਰ ਬ੍ਰਿਜ ਹੈ, ਚਾਹੇ ਸਟੇਸ਼ਨ ਆ, ਸਾਰੇ ਕੰਮ ਪੂਰੇ ਹੋਣਗੇ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਢਵਾਣਾ ਦੀ ਰਿਪੋਰਟ।